ਭਾਅ ਜੀ ਅੰਦਰ ਇੱਕ ਰਜਿਸਟਰੀ ਕਰਵਾਉਣੀ ਸੀ ਆਪਾਂ, ਠੀਕ ਹੈ ਜੀ। ਇੱਕ ਮਹੀਨੇ ਤੋਂ ਪਰੇਸ਼ਾਨ ਕਰ ਰਹੇ ਸੀਗੇ, ਅੱਜ ਫਿਰ ਵਿਜੀਲੈਂਸ ਦਫ਼ਤਰ ਨੂੰ ਸ਼ਿਕਾਇਤ ਕੀਤੀ ਸੀ ਅਫਸਰਾਂ ਨੂੰ, ਉਹਨਾਂ ਨੇ ਫਿਰ ਟਰੈਪ ਲਾ ਲਿਆ। 70,000 ਦੀ ਗੱਲ ਹੋਈ ਸੀ, 40,000 ਰੁਪਏ ਦੇ ਵਿੱਚ ਫਾਈਨਲ ਹੋ ਗਿਆ, 40,000 ਰੁਪਏ ਰੈੱਡ ਹੈਂਡਡ ਹੋ ਗਿਆ। ਵਨੀਤ ਰੀਡਰ ਲੱਗਿਆ ਹੋਇਆ, ਤਹਿਸੀਲਦਾਰ ਮਲੂਕ ਸਿੰਘ ਨੇ, ਅਤੇ ਪੈਸੇ ਦੇ ਕੇ ਅੰਦਰ ਕਾਰਵਾਈ ਚੱਲਦੀ ਪਈ ਆ ਹੁਣ। ਵਿਦਆਊਟ ਐਨ ਓ ਸੀ ਰਜਿਸਟਰੀ ਕਰਾਉਣ ਲਈ ਮੈਂ ਕੇਂਦਰੀ ਤਹਿਸੀਲ 'ਚ ਖੜਾਂ ਜੀ ਇਸ ਟਾਈਮ। ਗੈਸਪੁਰੇ ਦੀ ਰਜਿਸਟਰੀ ਸੀ, 50 ਗਜ਼ ਦਾ ਮਕਾਨ ਸੀਗਾ, ਐਨ ਓ ਸੀ ਸੀਗੀ ਨਹੀਂ। ਪਿਛਲੇ ਇੱਕ ਮਹੀਨੇ ਤੋਂ ਇਹੀ ਕੰਮ ਚੱਲ ਰਿਹਾ ਸੀ, ਅੱਜ ਕਰਦੇ ਹਾਂ ਗੱਲ ਕਰਦੇ ਹਾਂ, ਅੱਜ ਕਰਦੇ ਹਾਂ ਗੱਲ ਕਰਦੇ ਹਾਂ, ਫਿਰ ਡਿਮਾਂਡ ਮਨੀ ਦੀ ਹੋ ਗਈ, ਪੈਸਿਆਂ ਦੀ ਡਿਮਾਂਡ ਹੋਈ, 70,000 ਰੁਪਇਆ, 70,000 ਤੋਂ 40,000 ਰੁਪਇਆ, ਅੱਜ ਉਹ ਫਿਰ ਫਾਈਨਲ ਕਰਕੇ ਉਹਨੂੰ ਫਿਰ ਡਨ ਕਰ ਦਿੱਤਾ ਗਿਆ। ਤੁਹਾਡੀ ਗੱਲ ਡਾਇਰੈਕਟਰ ਤਹਿਸੀਲਦਾਰ ਨਾਲ ਹੋ ਰਹੀ ਸੀ? ਰੀਡਰ ਦੇ ਨਾਲ ਹੋ ਰਹੀ ਸੀ, ਅਤੇ ਪਲੱਸ ਇਹਨਾਂ ਦੇ ਜਿਹੜੇ ਏਜੰਟ ਨੇ ਜੀ, ਤਹਿਸੀਲਦਾਰ ਸਾਹਿਬ ਦੀ ਨੌਲੇਜ ਦੇ ਵਿੱਚ ਹੀ ਗੱਲ ਚੱਲਦੀ ਹੈ ਜੀ। ਪਿਛਲੇ ਇੱਕ ਮਹੀਨੇ ਤੋਂ ਇਹੀ ਕੰਮ ਲਾਰੇ ਚੱਲਦੇ ਪਏ ਸੀ ਸਰ, ਅੱਜ ਕਰਦੇ ਹਾਂ ਗੱਲ ਕਰਦੇ ਹਾਂ, ਅੱਜ ਕਰਦੇ ਗੱਲ ਕਰਦੇ, ਇਹੀ ਕੰਮ ਚੱਲ ਰਿਹਾ ਸੀਗਾ। ਸਰ ਜਿਹੜਾ ਬੰਦਾ ਫੜਿਆ ਸਰ, ਕੀ ਨਾਮ ਹੈ ਜੀ? ਲੀਡ ਰਾਈਟਰ ਨਿਤਿਨ ਦੱਤ। ਸਰ ਇਹ ਕੀ ਕਰਦਾ ਕੀ ਸੀ ਇੱਥੇ? ਰਿਸ਼ਤੀਆਂ ਲਿਖਦਾ ਸੀ। ਸਰ ਕਿੰਨੇ ਰਿਸ਼ਤੇ ਲੈਂਦਾ ਫੜਿਆ ਗਿਆ ਜੀ? 20,000 ਰੁਪਇਆ। 20,000 ਰੁਪਇਆ ਸਰ, ਹੁਣ ਤੱਕ ਕਿੰਨੀਆਂ ਰਿਸ਼ਤੇ ਕਰ ਚੁੱਕਾ ਜੀ? ਇਹਦੇ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਜੀ ਹਜੇ।